ਦਲਜੀਤ ਸਿੰਘ ਨਹੀਂ ਹੈ, ਦਲਜੀਤ ਸਿੰਘ ਇੰਸਾ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਅਸਤੀਫਾ ਦੇ ਦਿਓ। ਅਕਾਲੀ ਦਲ ਦੇ ਤਾਂ ਆਪ ਸਾਰੇ ਗੁੰਡੇ ਹੈ, ਇਹ ਰੌਲੇ ਮਿਲੇ ਹੋਏ ਦੋਵੇਂ ਕਾਂਗਰਸ ਅਤੇ ਅਕਾਲੀ ਦਲ, ਕੋਈ ਫਰਕ ਨਹੀਂ ਇਹਨਾਂ ਵਿੱਚ, ਇਹ ਦੋ ਇੱਕੋ ਵੇਲ ਦੇ ਤੁੰਬੇ ਹੈ। ਜਦੋਂ ਮੁੱਖ ਮੰਤਰੀ ਕਹਿ ਰਹੇ ਕਿ ਉਹਨੇ ਭੇਜਿਆ, ਉਹਨੇ ਮਾਫ਼ੀ ਮੰਗ ਲਈ, ਮਾਫ਼ੀ ਮੰਗਣ ਵਾਲਾ ਇਹੋ ਜਿਹੀ ਹਰਕਤ ਕਰਕੇ ਮੰਤਰੀ ਨਹੀਂ ਰਹਿਣਾ ਚਾਹੀਦਾ, ਇਹ ਕਾਨੂੰਨੀ ਗੱਲ ਨਹੀਂ ਹੈ, ਇਹ ਨੈਤਿਕਤਾ ਦੀ ਗੱਲ ਹੈ। ਜੈਸੀ ਕੋਕੋ ਜੀ ਕੋਕੋ ਦੇ ਬੱਚੇ, ਇਹ ਕਾਂਗਰਸ ਦਾ ਕਲਚਰ ਹੈ, ਕਾਂਗਰਸ ਦੀ ਸਭਿਅਤਾ। ਇਹ ਇੱਕ ਬਿਨਾਂ ਅੱਗ ਤੋਂ ਧੂੰਆਂ ਛੱਡ ਕੇ ਵਿਵਾਦ ਖੜਾ ਕੀਤਾ ਗਿਆ। ਕਾਂਗਰਸ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਿਲਾ ਅਧਿਕਾਰੀ ਨੂੰ ਸੰਦੇਸ਼ ਭੇਜਣ ਤੋਂ ਪਹਿਲਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਚਾਰ ਲਾਈਨਾਂ ਦਾ ਇੱਕ ਮੋਬਾਈਲ ਸੰਦੇਸ਼ ਉਹਨਾਂ ਲਈ ਵੱਡੀ ਮੁਸੀਬਤ ਬਣ ਜਾਵੇਗਾ। ਹੁਣ ਜਦੋਂ ਇਸ ਮਾਮਲੇ ਵਿੱਚ ਮੰਤਰੀ ਚੰਨੀ ਘਿਰੀ ਗਏ ਨੇ ਤਾਂ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਕੈਸ਼ ਕਰਨੋਂ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਮਾਮਲੇ ਵਿੱਚ ਜਿੱਥੇ ਅਕਾਲੀ ਲੀਡਰਾਂ ਵੱਲੋਂ ਮੰਤਰੀ ਚੰਨੀ ਅਤੇ ਕਾਂਗਰਸ ਪਾਰਟੀ ਦੇ ਖਿਲਾਫ਼ ਨਿੱਤ ਨਵੇਂ ਬਿਆਨ ਦੇ ਕੇ ਭੰਡਿਆ ਜਾ ਰਿਹਾ ਹੈ, ਉੱਥੇ ਹੀ ਆਪ ਪਾਰਟੀ ਵੱਲੋਂ ਵੀ ਮੰਤਰੀ ਚੰਨੀ ਅਤੇ ਕਾਂਗਰਸ ਪਾਰਟੀ ਖਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ। ਦੋ ਦਿਨ ਪਹਿਲਾਂ ਆਪ ਦੇ ਮਹਿਲਾ ਵਿੰਗ ਵੱਲੋਂ ਜਿੱਥੇ ਸੜਕਾਂ 'ਤੇ ਉਤਰੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਹੁਣ ਆਪ ਦੇ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਲਿਖਿਆ। ਉਹਨਾਂ ਮੰਗ ਕੀਤੀ ਕਿ ਚਰਨਜੀਤ ਚੰਨੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਮੰਤਰੀ ਨੇ ਸਰਦਾਰ ਚਰਨਜੀਤ ਸਿੰਘ ਚੰਨੀ, ਹੁਣ ਤਾਂ ਇਹਦੇ ਦੋਸ਼ ਲੱਗੇ ਹੈ, ਉਹ ਅਸੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਹੈ DC ਸਾਹਿਬ ਦੇ ਥਰੂ। DC ਸਾਹਿਬ ਦਫ਼ਤਰ 'ਚ ਹੈ ਨਹੀਂ ਅਤੇ ADC ਸਾਹਿਬ ਨੂੰ ਦੇ ਕੇ ਆਏ ਹੈ ਕਿ ਹੁਣ ਤਾਂ ਬਣਦੀ ਕਾਰਵਾਈ ਕਰੋ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ 'ਤੇ ਬਣਦੀ ਕਾਰਵਾਈ ਵੀ ਕਰੋ ਅਤੇ ਇਹਨਾਂ ਤੋਂ ਮੰਤਰੀ ਪਦ ਤੋਂ ਅਸਤੀਫਾ ਵੀ ਜ਼ਰੂਰ ਲਓ। ਕਈ ਦਿਨ ਦਾ ਮਾਮਲਾ ਵੈਸੇ ਸਾਹਮਣੇ ਆ ਰਿਹਾ, ਕੀ ਸਮਝਦੇ ਕਿ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਹੈਗੀ? ਸਰਕਾਰ ਇਸ ਕਾਰਵਾਈ ਨੂੰ ਠੰਡੇ ਬਸਤੇ 'ਚ ਪਾਉਣਾ ਚਾਹੁੰਦੀ ਹੈ, ਪਤਾ ਨਹੀਂ ਕਿਆ ਮਜ਼ਬੂਰੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੇ ਉਹ ਇਹਨਾਂ ਠੰਡੇ ਬਸਤੇ 'ਚ ਪਾਉਣਾ ਚਾਹੁੰਦੇ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਕਿ ਸਾਡੀ ਆਮ ਆਦਮੀ ਪਾਰਟੀ ਦੇ ਪੂਰ ਜ਼ੋਰ ਅਪੀਲ ਹੈ, ਮੰਗ ਹੈ ਕਿ ਉਹਨਾਂ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ। ਆਪਾਂ ਮੰਗ ਪੱਤਰ ਦਿੱਤਾ ਹੈਗਾ, ਇੱਕ ਵਿਧਾਨ ਸਭਾ ਹਲਕੇ ਦੀ ਗੱਲ ਹੈ, ਹੁਣ ਤਾਂ ਤੁਸੀਂ MLA ਹੋਣ ਦੇ ਨਾਲ ਦਿੱਤਾ, ਵੈਸੇ ਪੂਰੀ ਜਿਹੜੀ ਆਪਣੀ ਪੂਰੇ ਆਮ ਆਦਮੀ ਪਾਰਟੀ ਦੀ ਹੈਗੇ ਸਾਰੇ MLA, ਵਿਧਾਨ ਸਭਾ ਦੇ ਵਿੱਚ ਵੀ ਕੋਈ ਗੱਲ? ਜ਼ਰੂਰ ਜਾਵਾਂਗੇ, ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ, ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ। ਸਾਡੀ 2 ਦਿਨ ਦੇ ਵਿੱਚ ਚੰਡੀਗੜ੍ਹ ਮੀਟਿੰਗ ਹੋਈ ਸਾਰੇ MLA ਦੀ, ਅਸੀਂ ਮਿਲ ਕੇ ਆਪਣੇ ਬਲ 'ਤੇ LOP ਸਾਹਿਬ ਸਾਡੇ ਟਾਈਮ ਲੈਣਗੇ, ਗਵਰਨਰ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਉਹਨਾਂ ਨੂੰ ਮਿਲਾਂਗੇ ਕਿ ਮਸਲੇ ਦਾ ਹੱਲ ਜਲਦੀ ਕੱਢਿਆ ਜਾਵੇ। ਰੂਪਨਗਰ ਵਿੱਚ ਅਕਾਲੀ ਦਲ SC ਵਿੰਗ ਦੇ ਯੂਥ ਪ੍ਰਧਾਨ 'ਤੇ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਦਰਜ ਹੋਈ FIR ਦੇ ਮਾਮਲੇ ਵਿੱਚ ਸੰਦੋਆ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਲਜੀਤ ਸਿੰਘ ਚੀਮਾ ਨੂੰ ਇਸ ਮਾਮਲੇ ਵਿੱਚ ਖੁਦ ਅਸਤੀਫਾ ਦੇਣਾ ਚਾਹੀਦਾ। ਸੰਦੋਆ ਨੇ ਤਾਂ ਇਹ ਕਹਿ ਦਿੱਤਾ ਕਿ ਡਾਕਟਰ ਦਲਜੀਤ ਸਿੰਘ ਇੰਸਾ ਦੇ ਗੁੰਡਿਆਂ ਨੇ ਰਾਹ ਜਾਂਦੀ ਲੜਕੀ ਨਾਲ ਛੇੜਛਾੜ ਕੀਤੀ, ਇਸ ਲਈ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਬਾਰੇ ਤਾਂ ਮੈਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ, ਦਲਜੀਤ ਸਿੰਘ ਨਹੀਂ ਹੈ, ਦਲਜੀਤ ਸਿੰਘ ਇੰਸਾ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਅਸਤੀਫਾ ਦੇ ਦਿਓ। ਤੁਸੀਂ ਬਹੁਤ ਮੇਰੇ 'ਤੇ ਮਸਲਾ ਉੱਠਿਆ ਸੀ, ਤੁਸੀਂ ਕਿਹਾ ਸੀ ਇਹ ਹੋਣਾ ਚਾਹੀਦਾ ਜਦ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਆ ਕੇ, ਹੁਣ ਤੁਸੀਂ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਦੇ ਹੈ ਉਸ ਕੁੜੀ ਨਾਲ ਜਿਹਨੂੰ ਜਾਂਦੀ ਨੂੰ ਰਸਤੇ ਵਿੱਚ ਇਹਨਾਂ ਨੇ ਛੇੜਛਾੜ ਕਰੀ ਹੈ ਤੇਰੇ ਗੁੰਡਿਆਂ ਨਾਲ। ਇੱਕ ਡਾਕਟਰ ਦਲਜੀਤ ਇੰਸਾ ਦੇ ਗੁੰਡੇ ਆ ਇਹ, ਉਹਨਾਂ ਦੇ ਗੁੰਡਿਆਂ ਦੇ ਆਪਣੇ 'ਤੇ ਕਿਉਂ ਨਹੀਂ ਕਾਰਵਾਈ ਕਰਦਾ? ਡਾਕਟਰ ਦਲਜੀਤ ਸਿੰਘ ਨੂੰ ਵੀ ਇੰਸਾ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ, ਜਿਹੜਾ ਕਿਸੇ 'ਤੇ ਅਸਤੀਫਾ ਮੰਗਦਾ ਅੱਜ ਉੱਤੇ ਆਈ ਵੀ ਹੈ, ਉਹਨੂੰ ਆਪਣਾ ਆਪ ਇੱਥੇ ਪ੍ਰੈਸ ਕਾਨਫਰੰਸ ਕਰਕੇ ਉਸ ਕੁੜੀ ਦੇ ਨਾਲ ਬੈਠਣਾ ਚਾਹੀਦਾ ਹੈ, ਉਹਨਾਂ ਬੰਦਿਆਂ 'ਤੇ ਕਾਰਵਾਈ ਕਰਾਉਣੀ ਚਾਹੀਦੀ ਹੈ। ਨੇ ਡਾਕਟਰ ਦਲਜੀਤ ਸਿੰਘ ਚੀਮਾ ਜੀ, ਤੁਸੀਂ ਅਸਤੀਫਾ ਦੇ ਦਿਓ, ਜੇ ਨਹੀਂ ਤੁਸੀਂ ਆਪਣੇ ਗੁੰਡਿਆਂ 'ਤੇ ਕੋਈ ਕਾਰਵਾਈ ਕਰਾਉਣੀ ਚਾਹੁੰਦੇ। ਜਿਹੜਾ MC ਹੈ ਸ਼ੈਲੀ ਕਹਿੰਦੇ ਆ, ਜਿਹੜਾ RP ਸ਼ੈਲੀ ਹੈ ਜਿਹਨਾਂ ਇਹ ਵਾਕਿਆ ਕਰਿਆ ਹੈ, ਔਰ ਉਹਨੂੰ ਕੁੱਟਿਆ ਵੀ ਗਿਆ ਉਹਨਾਂ ਲੋਕਾਂ ਨੇ ਇਸੇ ਫੜ ਕੇ, ਉਹਦੇ ਖਿਲਾਫ਼ ਪਰਚਾ ਵੀ ਹੋਇਆ। ਮੈਂ ਸਰਕਾਰ ਨੂੰ ਵੀ SSP ਸਾਹਿਬ ਨੂੰ ਬੇਨਤੀ ਕਰਦਾ ਕਿ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਵੀ ਕਰੋ। ਅਤੇ ਅਕਾਲੀ ਕਾਂਗਰਸ ਦੇ ਉੱਧਰ ਨੁਮਾਇੰਦੇ ਦੇ ਉੱਪਰ ਵੀ ਇੱਦਾਂ ਦੀ ਗੱਲ, ਇੱਕ ਕੈਬਨਿਟ ਮੰਤਰੀ ਉੱਠੀ ਸੀ, ਇੱਥੇ ਲੋਕਲ ਪੱਧਰ 'ਤੇ ਅਕਾਲੀ ਦਲ ਦਾ ਨੇਤਾ ਹੈ, ਭਾਵੇਂ ਛੋਟਾ ਕੱਦ ਹੈਗਾ ਉਹਦਾ, ਪਰ ਕੀ ਕਹਿਣਾ ਚਾਹੋਗੇ ਦੋਵੇਂ ਪਾਰਟੀਆਂ ਬਾਰੇ? ਅਕਾਲੀ ਦਲ ਤਾਂ ਆਪ ਸਾਰੇ ਗੁੰਡੇ ਹੈ, ਇਹ ਰੌਲੇ ਮਿਲੇ ਹੋਏ ਦੋਵੇਂ ਕਾਂਗਰਸ ਅਤੇ ਅਕਾਲੀ ਦਲ, ਕੋਈ ਫਰਕ ਨਹੀਂ ਇਹਨਾਂ ਵਿੱਚ, ਇਹ ਦੋ ਇੱਕੋ ਵੇਲ ਦੇ ਤੁੰਬੇ ਹੈ, ਇੱਕੋ ਵੇਲ ਹੈ ਸਾਰੀ ਇਹ।
ਦੋ ਇੱਦਾਂ ਦੇ ਆ, ਪਹਿਲਾਂ ਡਾਕਟਰ ਦਲਜੀਤ ਚੀਮਾ ਵੀ ਇੱਦਾਂ ਕਰਦਾ ਰਿਹਾ, ਹੁਣ ਇਹ ਵੀ ਕਰਦਾ ਹੈ। ਮੈਂ ਤਾਂ ਡਾਕਟਰ ਦਲਜੀਤ ਸਿੰਘ ਸਿੱਧਾ ਨੂੰ ਕਹਿੰਦਾ ਉਹਨਾਂ ਨੂੰ ਕਿ ਆ ਕੇ ਤੁਸੀਂ ਉਸ ਕੁੜੀ ਦੇ ਨਾਲ, ਸਾਡੀ ਜਿਹੜੀ ਬੇਟੀ ਹੈ ਜਿਹਦੇ ਨਾਲ ਇਹ ਵਾਕਿਆ ਕਰਿਆ ਤੁਹਾਡੇ ਐਮ ਸੀ ਸਾਹਿਬ ਨੇ, ਉਹਦੇ ਨਾਲ ਬੈਠੋ, ਪ੍ਰੈਸ ਕਾਨਫਰੰਸ ਕਰੋ, ਉਹਨੂੰ ਪਾਰਟੀ ਕੱਢੋ, ਨਹੀਂ ਆਹ ਪਾਰਟੀ ਛੱਡੋ, ਉਹਦੇ ਸਖ਼ਤ ਕਾਰਵਾਈ ਦੀ ਮੰਗ ਕਰੋ। ਤੁਸੀਂ ਤਾਂ ਕਰਦੇ ਹੈ, ਤੁਸੀਂ ਇਸ ਮਸਲੇ 'ਤੇ ਉੱਠਦੇ ਹੈ, ਅੱਜ ਕਿਉਂ ਨਹੀਂ ਕਰਦੇ, ਕਿਉਂ ਚੁੱਪ ਕਰਕੇ ਬੈਠੇ ਹੈ? ਉਧਰ ਕਾਂਗਰਸੀ ਮੰਤਰੀ ਚੰਨੀ ਦੇ ਮਾਮਲੇ ਵਿੱਚ ਅਕਾਲੀ ਦਲ ਦੇ ਸਾਬਕਾ ਹਲਕਾ ਵਿਧਾਇਕ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਕਿ ਮੁੱਖ ਮੰਤਰੀ ਨੇ ਚੰਨੀ ਦਾ ਬਚਾਅ ਕਰਦੇ ਹੋਏ ਇਹ ਬਿਆਨ ਦਿੱਤਾ ਹੈ ਕਿ ਚੰਨੀ ਨੇ ਮੁਆਫ਼ੀ ਮੰਗ ਲਈ ਹੈ, ਇਸ ਲਈ ਇਹ ਮਾਮਲਾ ਹੱਲ ਹੋ ਗਿਆ। ਪਰ ਉਹਨਾਂ ਕਿਹਾ ਕਿ ਨੈਤਿਕਤਾ ਦੇ ਆਧਾਰ 'ਤੇ ਜਿਸ ਮੰਤਰੀ 'ਤੇ ਮਹਿਲਾ ਅਧਿਕਾਰੀ ਨਾਲ ਗਲਤ ਹਰਕਤ ਕਰਨ ਦੇ ਦੋਸ਼ ਲੱਗੇ ਨੇ ਅਤੇ ਮੰਤਰੀ ਵੱਲੋਂ ਮੁਆਫ਼ੀ ਮੰਗੀ ਗਈ ਹੋਵੇ, ਅਜਿਹੇ ਕਾਂਗਰਸੀ ਲੀਡਰ ਤਾਂ ਮੰਤਰੀ ਅਹੁਦੇ 'ਤੇ ਰਹਿਣ ਦੇ ਕਾਬਿਲ ਹੀ ਨਹੀਂ ਹੈ। ਕਿ ਜਿਹੜੇ ਮਾਪਦੰਡ ਹੈ ਔਰਤ ਦੇ ਸਨਮਾਨ ਦੇ, ਉਹ ਕਾਂਗਰਸ ਪਾਰਟੀ ਦੇ ਕਾਂਗਰਸੀ ਮੰਤਰੀਆਂ ਵਾਸਤੇ ਵੱਖਰੇ ਆ ਅਤੇ ਬਾਕੀ ਪਾਰਟੀਆਂ ਵਾਸਤੇ ਵੱਖਰੇ, ਦੋ ਚੀਜ਼ਾਂ ਨਹੀਂ ਹੋਣੀ ਚਾਹੀਦੀ। ਇੱਕ ਤਾਂ ਤੁਸੀਂ ਮੰਨ ਰਹੇ ਹੋ ਕਿ ਮੁੱਖ ਮੰਤਰੀ ਸਾਹਿਬ ਨੇ ਵਿੱਚ ਪੈ ਕੇ ਸਮਝੌਤਾ ਕਰਾਤਾ, ਇਹਦਾ ਮਤਲਬ ਗੱਲ ਸੱਚੀ ਹੈ। ਸਮਝੌਤਾ ਹੋ ਸਕਦਾ, ਕੇਸ ਨਾ ਹੋਵੇ, ਪਰ ਨੈਤਿਕ ਕਦਰਾਂ ਕੀਮਤਾਂ ਇਹ ਜਿਹੜੀਆਂ ਮੰਗ ਕਰਦੀਆਂ ਕਿ ਜਿਸ ਬੰਦੇ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨੂੰ ਮੰਤਰੀ ਨਹੀਂ ਹੋਣਾ ਚਾਹੀਦਾ। ਇੱਥੇ ਕਾਨੂੰਨ ਦੀ ਪਰਿਭਾਸ਼ਾ ਨਹੀਂ ਹੁੰਦੀ, ਰਾਜਨੀਤੀ ਦੀ ਇੱਕ ਵੱਖਰੀ ਪਰਿਭਾਸ਼ਾ। ਕਿ ਜਦੋਂ ਮੁੱਖ ਮੰਤਰੀ ਕਹਿ ਰਹੇ ਕਿ ਉਹਨੇ ਭੇਜਿਆ, ਉਹਨੇ ਮਾਫ਼ੀ ਮੰਗ ਲਈ, ਮਾਫ਼ੀ ਮੰਗਣ ਵਾਲਾ ਇਹੋ ਜਿਹੀ ਹਰਕਤ ਕਰਕੇ ਮੰਤਰੀ ਨਹੀਂ ਰਹਿਣਾ ਚਾਹੀਦਾ, ਇਹ ਕਾਨੂੰਨੀ ਗੱਲ ਨਹੀਂ ਹੈ, ਇਹ ਨੈਤਿਕਤਾ ਦੀ ਗੱਲ ਹੈ, ਇਹ ਸਮਝਣੀ ਚਾਹੀਦੀ ਕਾਂਗਰਸ ਪਾਰਟੀ ਨੂੰ। ਉੱਧਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਇਸ ਮਾਮਲੇ 'ਤੇ ਕੋਈ ਕਸਰ ਨਹੀਂ ਛੱਡ ਰਹੇ। ਉਹਨਾਂ ਕੈਪਟਨ ਅਮਰਿੰਦਰ ਸਿੰਘ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਜੈਸਾ ਰਾਜਾ ਵੈਸੀ ਪਰਜਾ, ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਅਤੇ ਮਤਲਬ ਅੱਜ ਜਿਹੜਾ ਕਾਂਗਰਸ ਦਾ ਕਲਚਰ ਆ, ਕਾਂਗਰਸ ਦੀ ਸਭਿਅਤਾ, ਉਹ ਜਗ ਜ਼ਾਹਰ ਕੀਤੀ ਆ ਕਾਂਗਰਸ ਦੇ ਪ੍ਰਭਾਰੀ ਮੈਡਮ ਆਸ਼ਾ ਕੁਮਾਰੀ ਜੀ ਨੇ, ਜਦੋਂ ਇੱਕ ਭੱਦੇ ਸ਼ਬਦ, ਗਲਤ ਮੈਸੇਜ, ਮਤਲਬ ਕੋਈ ਮੰਤਰੀ ਲੈਵਲ ਦਾ ਬੰਦਾ ਕਿਸੇ IAS ਅਫਸਰ ਨੂੰ ਦੇ ਰਿਹਾ ਹੋਵੇ ਅਤੇ ਉਹਦੇ 'ਤੇ ਕਾਂਗਰਸ ਦੇ ਪ੍ਰਭਾਰੀ ਕਹਿਣ ਵੀ ਇਹ ਕੋਈ ਸ਼ੋਸ਼ਣ ਨਹੀਂ ਹੈ, ਇਹ ਕੋਈ ਮਤਲਬ ਕਿਸੇ ਦੀ ਪਰੇਸ਼ਾਨ ਕਰਨ ਵਾਲੀ ਗੱਲ ਨਹੀਂ ਹੈ, ਮੈਂ ਤਾਂ ਸਮਝਦਾ ਆਸ਼ਾ ਕੁਮਾਰੀ ਜੀ ਨੇ ਤਾਂ ਜਿੱਥੇ ਕਾਂਗਰਸ ਦੇ ਗੰਦੇ ਸੱਭਿਆਚਾਰ ਨੂੰ ਨੰਗਾ ਕੀਤਾ, ਉੱਥੇ ਔਰਤ ਬਣੇ 'ਤੇ ਵੀ ਉਹਨਾਂ ਨੇ ਸਵਾਲੀਆ ਚਿੰਨ੍ਹ ਖੜ੍ਹੇ ਕਰਤੇ ਨੇ। ਮਤਲਬ ਇਹ ਇੱਕ ਮੈਂ ਸਮਝਦਾ ਚੰਨੀ 'ਤੇ ਨੋਟਸ ਲੈਣ ਦੀ ਤੋਂ ਪਹਿਲਾਂ ਆਸ਼ਾ ਕੁਮਾਰੀ 'ਤੇ ਵੀ ਨੋਟਸ ਲੈਣਾ ਬਣਦਾ, ਜੇ ਸਹੀ ਮਹੀਨਾ ਵਿੱਚ ਰਾਹੁਲ ਗਾਂਧੀ ਮਾੜਾ ਮੋਟਾ ਵੀ ਔਰਤ ਦਾ ਸਨਮਾਨ ਅਤੇ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਸਨਮਾਨ ਕਰੇ, ਕਿਉਂਕਿ ਐਡੀ ਵੱਡੀ ਗੱਲ ਉਹਨਾਂ ਵੱਲੋਂ ਕਹਿਣੀ, ਮੈਂ ਸਮਝਦਾ ਇਹ ਇੱਕ ਕਾਂਗਰਸ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਆ। ਸੋ ਇਹਦਾ ਜਵਾਬ ਤਾਂ ਚੰਨੀ ਸਾਹਿਬ ਆ ਕੇ ਦੇਣਗੇ, ਪਰ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਵੀ ਜਿਵੇਂ ਕਹਿੰਦੇ ਨਾ ਵੀ ਜੈਸਾ ਰਾਜਾ ਤੈਸੀ ਪਰਜਾ, ਜੈਸੀ ਕੋਕੋ ਉਹੋ ਜਿਹੀ ਕੋਕੋ ਦੇ ਬੱਚੇ, ਇਹ ਕਾਂਗਰਸ ਦਾ ਕਲਚਰ ਆ, ਕਾਂਗਰਸ ਦੀ ਸਭਿਅਤਾ, ਔਰ ਇਸੇ ਕਰਕੇ ਜੇ MJ ਅਕਬਰ ਨੇ ਦੇ ਵਿਰੁੱਧ ਤਾਂ ਸਾਰੇ ਕਹਿ ਸੀ ਵੀ ਅਸਤੀਫਾ ਦੇਵੇ ਅਤੇ ਹੁਣ ਸਾਰੇ ਚੁੱਪ ਬੈਠੇ ਨੇ। ਸੋ ਇਹ ਸਾਰਾ ਕੁਛ ਕਾਂਗਰਸ ਨੂੰ ਆਪਦੇ ਕੰਡੇ ਵਿੱਚ ਜਿਹੜੇ ਉਹ ਕਿਸੇ ਦਿਨ ਚੁੱਕਣੇ ਪੈਣਗੇ। ਅਤੇ ਹੁਣ ਤੁਹਾਨੂੰ ਚਰਨਜੀਤ ਸਿੰਘ ਚੰਨੀ ਦਾ ਵੀ ਇਸ ਮਾਮਲੇ 'ਚ ਬਿਆਨ ਸੁਣਾ ਹੀ ਦਿੰਦੇ ਆ। ਚਰਨਜੀਤ ਸਿੰਘ ਚੰਨੀ ਇਸ ਮਾਮਲੇ ਤੋਂ ਬਾਅਦ ਪਹਿਲੀ ਵਾਰ ਕੈਮਰੇ 'ਤੇ ਆਏ ਅਤੇ ਉਹ ਇਸ ਮਾਮਲੇ ਵਿੱਚ ਕੀ ਕੁਝ ਕਹਿਣਾ ਚਾਹੁੰਦੇ ਨੇ ਉਹ ਵੀ ਜ਼ਰਾ ਸੁਣ ਕੇ। ਇਹ ਇੱਕ ਬਿਨਾਂ ਅੱਗ ਤੋਂ ਧੂੰਆਂ ਛੱਡ ਕੇ ਵਿਵਾਦ ਖੜਾ ਕੀਤਾ ਗਿਆ, ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮੇਰੇ ਖਿਲਾਫ਼, ਲੇਕਿਨ ਇਹ ਇੱਕ ਓਪੋਜੀਸ਼ਨ ਪਾਰਟੀਆਂ ਵੱਲੋਂ ਇਹ ਵਿਵਾਦ ਖੜਾ ਕੀਤਾ ਗਿਆ। CM ਸਾਹਿਬ ਇਹਦੇ 'ਚ ਬਿਆਨ ਦੇ ਚੁੱਕੇ ਹੈ, ਮੈਂ ਵੀ ਬਿਆਨ ਦੇ ਚੁੱਕਿਆ ਕਿ ਜੀ ਇਹ ਇੱਕ ਗਲਤੀ ਨਾਲ, ਜਿਸ ਤਰ੍ਹਾਂ ਤੁਹਾਡੇ ਕੋਲ ਵੀ ਸਾਰਿਆਂ ਕੋਲ ਮੈਸੇਜ ਆਉਂਦੇ ਹੈ ਔਰ ਅੱਗੇ ਜਾਂਦੇ ਹੈ, ਮੈਂ ਕੋਈ ਟਾਈਪ ਕਰਕੇ ਮੈਸੇਜ ਨਹੀਂ ਕੀਤਾ, ਇਸ ਤਰ੍ਹਾਂ ਅੱਗੇ ਮੈਸੇਜ ਪਾਸ ਹੋ ਗਿਆ, ਔਰ ਉਹ ਮੈਂ ਉਹਨਾਂ ਨੂੰ ਕਹਿ ਵੀ ਦਿੱਤਾ ਕਿ ਜੀ ਗਲਤੀ ਨਾਲ ਮੈਸੇਜ ਪਾਸ ਹੋ ਗਿਆ, ਉਹਦੀ ਮਾਫ਼ੀ ਵੀ ਮੰਗੀ ਹੈ। ਲੇਕਿਨ ਇਹ ਕਈ ਮਹੀਨਿਆਂ ਬਾਅਦ ਫਿਰ ਇਹ ਗੱਲ ਨੂੰ ਬਿਨਾਂ ਮਤਲਬ ਦੇ ਛਾਲਿਆ ਗਿਆ, ਜਿਹੜੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ। ਕਿਸੇ ਨੂੰ ਦਾ ਮੈਂ ਮਾਣ ਆਦਰ ਦੇ ਵਿੱਚ, ਸਤਿਕਾਰ ਦੇ ਵਿੱਚ ਘਾਟ ਨਹੀਂ ਕੀਤੀ, ਮੈਂ ਕਿਸੇ ਨੂੰ ਗਲਤ ਨਹੀਂ ਬੋਲਿਆ, ਮੈਂ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ, ਮੇਰੀ ਕਾਲ ਰਿਕਾਰਡ ਕਢਾ ਕੇ ਦੇਖ ਲਓ, ਕਿਸੇ ਤਰ੍ਹਾਂ ਦਾ ਮੇਰਾ ਕੋਈ ਦੋਸ਼ ਨਹੀਂ। ਸਰ ਜੀ, ਜਿਹੜੇ ਵਿਰੋਧੀ ਪਾਰਟੀ ਤੁਹਾਡੇ ਦੇ ਅਸਤੀਫੇ ਦੀ ਮੰਗ ਕਰਦੇ, ਉਹਦੇ ਬਾਰੇ ਅਕਾਲੀ ਦਲ ਨੰਬਰ? ਦੇਖੋ, ਸ਼੍ਰੋਮਣੀ ਅਕਾਲੀ ਦਲ ਦੇ ਢਿੱਡ ਸੂਲ ਹੁੰਦਾ ਇਸ ਗੱਲ ਦਾ ਕਿ ਜੀ ਮੈਂ ਬਰਗਾੜੀ ਕਾਂਡ 'ਤੇ ਬੋਲਦਾ, ਮੈਂ ਦਲਿਤ ਮੁੱਦਿਆਂ 'ਤੇ ਬੋਲਦਾ, ਉਹ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਮੈਂ ਇਹਨਾਂ ਮੁੱਦਿਆਂ ਤੋਂ ਭਟਕਣਾ ਨਹੀਂ ਹੈ, ਮੈਂ ਇਹ ਮੁੱਦਿਆਂ ਦਾ ਪਹਿਰਾ ਦੇਵਾਂਗਾ ਔਰ ਦਿੰਦਾ ਰਹਾਂਗਾ। ਅਕਾਲੀ ਦਲ ਨੇ ਜੋ ਕਰਨਾ ਕਰ ਲਵੇ ਮੇਰੇ ਨਾਲ, ਮੇਰੇ ਵਾਸਤੇ ਮਿਨਿਸਟਰੀਆਂ ਅਹਿਮਤੀਆਂ ਨੇ ਰੱਖਦੀਆਂ, ਮੇਰੇ ਵਾਸਤੇ ਆਪਣਾ ਹਲਕਾ, ਮੇਰੇ ਲੋਕ ਔਰ ਮੇਰੀ ਇੱਜ਼ਤ ਮੈਂ ਨਹੀਂ ਰੱਖਦੀ। ਜ਼ਿਕਰਯੋਗ ਹੈ ਕਿ ਮਹਿਲਾ ਅਧਿਕਾਰੀ ਨੂੰ ਫੋਨ 'ਤੇ ਗਲਤ ਸੰਦੇਸ਼ ਭੇਜਣਾ ਕੈਬਨਿਟ ਮੰਤਰੀ ਚੰਨੀ ਅਤੇ ਕਾਂਗਰਸ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ, ਜਿਸ ਲਈ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਰਾਜਨੀਤੀ ਕਰਕੇ ਮੁੱਦੇ ਨੂੰ ਗਰਮਾਇਆ ਜਾ ਰਿਹਾ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਲੇ ਦੀ ਹੱਡੀ ਬਣ ਚੁੱਕੇ ਮੰਤਰੀ ਚੰਨੀ ਖਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰਦੇ ਨੇ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।